ਤੋਤਾ ਰਾਮ ਜੀ ਜਨਾਬ, ਕੀ ਲੱਗਦਾ ਤੈਨੂੰ? ਜਨਾਬ, ਸ਼ਰਾਬ ਰਾਤ ਜ਼ਿਆਦਾ ਪੀਲੀ ਹੋਣੀ ਹੈ, ਪਾਣੀ ਦੀ ਪਿਆਸ ਲੱਗੀ ਹੋਣੀ ਹੈ, ਹੈ ਜੀ, ਮੋਟਰ 'ਤੇ ਪਾਣੀ ਪੀਣ ਆ ਗਿਆ ਹੋਣਾ, ਖੜਿਆ ਗਿਆ ਨਹੀਂ, ਲੜਖੜਾ ਕੇ ਓਲੂ ਵੀ ਡਿੱਪਿਆ, ਡਿੱਪੇ ਘੁੱਗਾ 'ਚ। ਜਨਾਬ, ਮੈਨੂੰ ਵੀ ਇਹੀ ਲੱਗਦਾ। ਲੱਗਦਾ ਜੋ ਲੱਗਦਾ ਉਹ ਤਾਂ ਸਭ ਨੂੰ ਦਿਖਾਈ ਦਿੰਦਾ, ਦਿਖਾਈ ਤਾਂ ਉਹ ਦੇਣਾ ਚਾਹੀਦਾ ਜੋ ਕਿਸੇ ਨੂੰ ਨਹੀਂ ਲੱਗਦਾ। ਡੈਡ ਬਾਡੀ ਨੂੰ ਹੌਸਪੀਟਲ ਭੇਜੋ ਜੀ ਜਨਾਬ, ਪੋਸਟਮਾਰਟਮ ਕਰਾਓ। ਹੁਣੇ ਪੋਸਟਮਾਰਟਮ ਲਈ ਆਪਾਂ ਹੌਸਪੀਟਲ ਭੇਜ ਦੇਣਾ ਜੀ, ਬਾਕੀ ਦੀ ਕਾਰਵਾਈ ਰਿਪੋਰਟ ਆਉਣ ਤੋਂ ਬਾਅਦ 'ਚ ਕਰਦੇ ਹਾਂ। ਜੋ ਹੁਕਮ ਜਨਾਬ ਦਾ। ਸਰ ਜੀ, ਕਿਵੇਂ ਹੋਈ ਸੰਭੂ ਦੀ ਡੈਥ? ਡੈਥ ਨਹੀਂ ਤੋਤਾ ਰਾਮ, ਮਰਡਰ। ਮਰਡਰ ਕੀਤਾ ਕਿਸੇ ਨੇ ਸ਼ੰਭੂ ਦਾ। ਮਰਡਰ? ਹਾਂ, ਮਰਡਰ। ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ, ਪਰ ਇਸ ਰਿਪੋਰਟ ਤੋਂ ਬਾਅਦ ਮੇਰਾ ਸ਼ੱਕ ਯਕੀਨ 'ਚ ਬਦਲ ਗਿਆ। ਸ਼ੰਭੂ ਦੀ ਮੌਤ ਪਾਣੀ 'ਚ ਡੁੱਬਣ ਕਰਕੇ ਨਹੀਂ ਹੋਈ, ਉਸ ਦਾ ਕਿਸੇ ਨੇ ਗਲਾ ਘੁੱਟ ਕੇ ਕਤਲ ਕੀਤਾ। ਪਰ ਸਰ, ਉਸਦੇ ਮਰਡਰ ਨਾਲ ਕਿਸ ਨੂੰ ਫਾਇਦਾ ਹੋਏਗਾ? ਕਿਸ ਨੂੰ ਫਾਇਦਾ ਹੋਏਗਾ ਇਹ ਤਾਂ ਨਹੀਂ ਪਤਾ ਨੂੰ, ਪਰ ਕਿਸੇ ਨੂੰ ਤਾਂ ਹੋਏਗਾ ਨਾ, ਕਿਉਂਕਿ ਕਤਲ ਵਰਗੀ ਘਿਨੌਨੀ ਹਰਕਤ ਕੋਈ ਬਿਨਾਂ ਫਾਇਦੇ ਤੋਂ ਨਹੀਂ ਕਰਦਾ। ਬਿਲਕੁਲ ਸਹੀ ਕਿਹਾ ਸਰ ਜੀ ਤੁਸੀਂ। ਤੋਤਾ ਰਾਮ, ਗੱਡੀ ਕੱਢੋ, ਬਾਕੀ ਦੀ ਇਨਕੁਆਇਰੀ ਬਲਕਾਰ ਸਿੰਘ ਦੇ ਘਰ ਚੱਲ ਕੇ ਕਰਦੇ ਹਾਂ। ਜਨਾਬ, ਯਕੀਨ ਨਹੀਂ ਆਉਂਦਾ, ਪਰ ਜੇ ਤੁਸੀਂ ਕਹਿੰਦੇ ਤਾਂ ਹੋ ਸਕਦਾ। ਮੈਂ ਨਹੀਂ। ਪੋਸਟਮਾਰਟਮ ਰਿਪੋਰਟ ਕਹਿੰਦੀ ਹੈ ਕਿ ਸ਼ੰਭੂ ਦਾ ਕਿਸੇ ਨੇ ਗਲਾ ਘੁੱਟ ਕੇ ਮਰਡਰ ਕੀਤਾ। ਪਰ ਉਸਨੂੰ ਕੋਈ ਗਲਾ ਘੁੱਟ ਕੇ ਕਿਵੇਂ ਮਾਰ ਸਕਦਾ? ਉਹ ਤਾਂ ਬੰਦਾ ਹੀ ਬਹੁਤ ਲੇਟ ਸੀ। ਵੈਸੇ ਸ਼ੰਭੂ ਦੀ ਕਿਸੇ ਨਾਲ ਦੁਸ਼ਮਣੀ? ਨਹੀਂ, ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੋ ਸਕਦੀ। ਫਿਰ ਤੇਰੀ ਹੋਣੀ ਹੈ। ਕੀ ਮਤਲਬ? ਮਤਲਬ ਹੋ ਸਕਦਾ ਨਿਸ਼ਾਨਾ ਤੂੰ ਹੋਵੇਂ ਅਤੇ ਸ਼ਿਕਾਰ ਸ਼ੰਭੂ ਹੋ ਗਿਆ ਹੋਵੇ। ਮੇਰੀ ਵੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਇਹ ਕਿਵੇਂ ਹੋ ਸਕਦਾ ਜੀ, ਜੱਟ ਦੀ ਕਿਸੇ ਨਾਲ ਦੁਸ਼ਮਣੀ ਨਾ ਹੋਵੇ? ਜੱਟ ਦੀ ਤਾਂ 20 ਜਗ੍ਹਾ ਦੁਸ਼ਮਣੀ ਹੁੰਦੀ ਆ ਜੀ, ਜਾਂ ਤਾਂ ਫਿਰ ਜੱਟ ਨਹੀਂ ਹੈਗਾ ਜਾਂ ਫਿਰ ਝੂਠ ਬੋਲਦਾ। ਤੋਤਾ ਰਾਮ ਜੀ ਜਨਾਬ। ਬਲਕਾਰ ਜੀ, ਮੇਰਾ ਮੈਡੀਸਨ ਲੈਣ ਦਾ ਟਾਈਮ ਹੋ ਗਿਆ, ਇੱਕ ਗਲਾਸ ਪਾਣੀ ਮਿਲ ਸਕਦਾ? ਹਾਂਜੀ, ਕਿਉਂ ਨਹੀਂ। ਰਣਦੀਪ, ਇੱਕ ਗਲਾਸ ਪਾਣੀ ਦਾ ਲੈ ਕੇ ਆਇਓ। ਆ ਰਹੀ ਹਾਂ। ਨੌਕਰਾਣੀ ਨਹੀਂ ਆਈ ਲੱਗਦਾ। ਜਨਾਬ, ਸ਼ੰਭੂ ਦੀ ਮੌਤ ਤੋਂ ਬਾਅਦ ਦੂਜੇ ਦਿਨ ਕੰਮ ਛੱਡ ਗਈ ਸੀ। ਉਹ ਕਿਉਂ? ਉਹ ਦਰਅਸਲ ਜੀ, ਉਹਨੂੰ ਕਿਸੇ ਨੇ ਦੱਸਤਾ ਕਿ ਡੰਗਰਾਂ ਬਾੜੇ ਦੇ ਵਿੱਚ ਭੂਤ ਰਹਿੰਦੇ ਨੇ। ਭੂਤ? ਤੋਤਾ ਰਾਮ ਜੀ ਜਨਾਬ, ਕਿੰਨਾ ਟਾਈਮ ਲੱਗੂ ਹੋਰ? ਜਨਾਬ, ਹੋ ਗਈ ਗੱਡੀ ਠੀਕ, ਬੈਠੋ ਵਿੱਚ। ਸਰ, ਮੈਨੂੰ ਲੱਗਦਾ ਬਲਕਾਰ ਸਿੰਘ ਨੇ ਭੂਤਾਂ ਦੀ ਕਹਾਣੀ ਸਾਨੂੰ ਡਰਾਉਣ ਲਈ ਸੁਣਾਈ ਹੈ। ਡਰਾਉਣ ਲਈ ਨਹੀਂ, ਸਾਨੂੰ ਉਲਝਾਉਣ ਲਈ ਸੁਣਾਈ ਹੈ। ਸਰ, ਬਲਕਾਰ ਸਿੰਘ ਦੀ ਨੌਕਰਾਣੀ। ਜਨਾਬ, ਦਾਲ ਵਿੱਚ ਕੁਛ ਕਾਲਾ ਕਾਲਾ ਲੱਗਦਾ, ਉਹ ਵੇਖਦੇ ਕਿਉਂ? ਫੜੋ ਇਹਨੂੰ। ਉਹੀ ਹੈ।